ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡੇ ਆਪਣੇ ਚੈਨਲ ਐਜੂਮੈਂਟ ਕੀ ਸਲੂਸ਼ਨ ਤੇ ਅੱਜ ਗੱਲ ਕਰਾਂਗੇ ਬਿਜਲੀ ਭਰਤੀ ਜੋ ਕਿ ਪੰਜਾਬ ਦੇ ਵਿੱਚ ਲੈਂਡਮੈਨਾਂ ਦੀ ਭਰਤੀ ਅਸਿਸਟੈਂਟ ਲੈਂਡਮੈਨਾਂ ਦੀ ਭਰਤੀ ਕਹਿ ਸਕਦੇ ਆਈ ਹੋਈ ਆ ਪੀਐਸਟੀਸੀਐਲ ਦੇ ਵਿੱਚ ਕਲਾਸ 10ਵੀਂ ਵਾਲੇ ਕੈਂਡੀਡੇਟ ਪਲੱਸ ਆਈਟੀਆਈ ਵਾਲੇ ਇਹਨੂੰ ਅਪਲਾਈ ਕਰ ਸਕਦੇ ਨੇਗੇ ਪੂਰੀ ਜਾਣਕਾਰੀ ਦੇ ਲਈ ਤੁਹਾਨੂੰ ਵੀਡੀਓ ਪੂਰੀ ਦੇਖਣੀ ਪਵੇਗੀ ਓਪਨਿੰਗ ਡੇਟ ਆ ਜਿਹੜੀ 9 12 2020 ਤੋਂ 10 ਵਜੇ ਤੋਂ ਪੋਰਟਲ ਆ ਜਿਹੜਾ ਇਹਨਾਂ ਦਾ ਓਪਨ ਹੋ ਜਾਊਗਾ 31 12 2020 5 ਵਜੇ ਤੱਕ ਤੁਸੀਂ ਆਪਣੀ ਅਵਲ ਡਾਟਾ ਸਾਰਾ ਭਰ ਸਕਦੇ ਹੋਗੇ ਲਾਸਟ ਡੇਟ ਯਾਨੀ ਕਿ 31/4/2021 ਤੱਕ ਆਪਣੀ ਜਿਹੜੀ ਫੀਸ ਆ एग्जाम ਦੀ ਨਹੀਂ ਕਹਿ ਸਕਦੇ ਆਪਾਂ ਕਿਉਂ एग्जाम ਤੇ ਇੰਟਰਵਿਊ ਤਾਂ ਹੋਣੀ ਵੀ ਨਹੀਂ ਜੋ ਕਿ ਤੁਹਾਡੀ ਮੈਰਿਟ ਲਿਸਟ ਬਣਨੀ ਆ ਉਹਦੀ ਫੀਸ ਆ ਅਕੋਰਡਿੰਗ ਟੂ ਤੁਹਾਡੇ ਕੈਟਾਗਰੀ ਦੇ ਵਾਈਸ ਅਸਿਸਟੈਂਟ ਲੈਂਡਮੈਨ ਦੀ 350 ਨੇ ਜਿਹਦੇ ਵਿੱਚ ਪੰਜਾਬੀ ਪਾਸ 10ਵੀਂ ਅਲੇ ਪੰਜਾਬੀ ਜ਼ਰੂਰੀ ਆ ਆਈਟੀਆਈ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਨੇਗੇ ਸਿਲੈਕਸ਼ਨ ਪ੍ਰੋਸੈਸ ਆ ਜਿਹੜੀ ਕੋਈ ਵੀ ਰਿਟਨ ਟੈਸਟ ਨਹੀਂ ਹੋਊਗਾ ਕੋਈ ਵੀ ਇੰਟਰਵਿਊ ਨਹੀਂ ਹੋਊਗਾ ਪੋਸਟ ਆ ਜਿਹੜੀ ਅਸਿਸਟੈਂਟ ਲਾਈਨਮੈਨ ਦੀ ਏ ਐਲ ਐਮ ਦੀ ਵੀ ਆਪਾਂ ਕਹਿ ਸਕਦੇ ਆ ਇਹਨੂੰ ਆਈਟੀਆਈ ਆ ਜਿਹੜੀ ਇਲੈਕਟ੍ਰੀਸ਼ੀਅਨ ਪਲੱਸ ਵਾਇਰਮੈਨ ਟ੍ਰੇਡ ਓਨਲੀ ਦੋਨੋਂ ਟ੍ਰੇਡਾਂ ਦੇ ਵਿੱਚੋਂ ਇੱਕ ਟ੍ਰੇਡ ਤੁਹਾਡੀ ਚੱਲੂਗੀ 10ਵੀਂ ਦੇ ਵਿੱਚੋਂ ਤੁਹਾਡੀ ਪੰਜਾਬੀ ਪਾਸ ਹੋਣੀ ਲਾਜ਼ਮੀ ਆ ਕਿਵੇਂ ਅਪਲਾਈ ਕਰ ਸਕਦੇ ਆ www.pstcl.org ਤੇ ਜਾ ਕੇ ਆਪਣੇ ਡਾਕੂਮੈਂਟਸ ਫੋਟੋਗ੍ਰਾਫ ਸਿਗਨੇਚਰ ਅਪਲੋਡ ਕਰਨੇ ਨੇਗੇ ਕੈਟਾਗਰੀ ਦੇ ਵਾਈਜ਼ ਜਿਹੜੀ ਫੀਸ ਆ 400 ਰੁਪਏ ਜਨਰਲ ਐਸਸੀ 160 ਪਰਸੈਂਟ ਡਿਸੇਬਿਲਟੀ 200 ਈਡਬਲਯੂਐਸ 160 ਇਹ ਤੁਹਾਡੀ ਫੀਸ ਆ ਜਿਹੜੀ ਪਲੱਸ ਬੈਂਕ ਚਾਰਜ ਨੇ ਜਿਹੜੇ ਤੁਹਾਡੇ ਲੱਗਣੇ ਨੇਗੇ ਤੇ ਕੈਂਡੀਡੇਟ ਅਲੀਜੀਬਲ ਕੈਂਡੀਡੇਟ ਨੇ ਉਹ ਜਾ ਕੇ ਆਪਣੀ ਵੈਬਸਾਈਟ ਤੇ ਸਾਰੀਆਂ ਇਨਸਟਰਕਸ਼ਨ ਰੀਡ ਕਰਕੇ ਆਪਣਾ ਫਾਰਮ ਅਪਲਾਈ ਕਰ ਸਕਦੇ ਨੇ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ